ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਪ੍ਰਸ਼ਨਾਵਲੀ ਵਿੱਚ ਬਾਬਾ ਦੀਪ ਸਿੰਘ ਜੀ ਦੇ ਜੀਵਨ ਨਾਲ ਜੁੜੇ ਹੋਏ ਕੁਝ ਪ੍ਰਸ਼ਨ। ਬਾਬਾ ਦੀਪ ਸਿੰਘ ਜੀ ਦਾ ਜਨਮ ਕਦੋਂ ਹੋਇਆ ਸੀ? 26 ਜਨਵਰੀ 1682, 27 ਜਨਵਰੀ 1685, 27 ਦਸੰਬਰ 1699। ਸਹੀ ਜਵਾਬ ਹੈ ਏ। ਬਾਬਾ ਦੀਪ ਸਿੰਘ ਜੀ ਦੇ ਪਿਤਾ ਦਾ ਕੀ ਨਾਮ ਸੀ? ਭਾਈ ਭਗਤਾ ਜੀ, ਭਾਈ ਜੈਤਾ ਜੀ, ਭਾਈ ਦਇਆ ਜੀ। ਸਹੀ ਉੱਤਰ ਹੈ ਏ, ਭਾਈ ਭਗਤਾ ਜੀ। ਬਾਬਾ ਦੀਪ ਸਿੰਘ ਜੀ ਦੀ ਮਾਤਾ ਦਾ ਕੀ ਨਾਮ ਸੀ? ਬੀਬੀ ਸੁਲੱਖਣੀ, ਮਾਤਾ ਭਾਗੋ, ਮਾਈ ਜੋਨੀ ਜੀ। ਸਹੀ ਜਵਾਬ ਹੈ ਸੀ। ਬਾਬਾ ਦੀਪ ਸਿੰਘ ਜੀ ਨੇ ਕਿੰਨੀ ਉਮਰ ਵਿੱਚ ਸ਼ਹੀਦੀ ਪ੍ਰਾਪਤ ਕੀਤੀ? 70 ਸਾਲ, 72 ਸਾਲ, 75 ਸਾਲ। ਸਹੀ ਜਵਾਬ ਹੈ ਸੀ। ਬਾਬਾ ਦੀਪ ਸਿੰਘ ਜੀ ਨੇ ਕਿਸ ਕੋਲੋਂ ਵਿਦਿਆ ਪ੍ਰਾਪਤ ਕੀਤੀ? ਭਰਾ ਦਇਆ ਸਿੰਘ, ਭਾਈ ਮਨੀ ਸਿੰਘ, ਬਾਬਾ ਬੁੱਢਾ ਜੀ। ਸਹੀ ਜਵਾਬ ਹੈ ਬੀ। ਦਮਦਮੀ ਟਕਸਾਲ ਦੇ ਪਹਿਲੇ ਮੁਖੀ ਕੌਣ ਸਨ? ਬਾਬਾ ਦੀਪ ਸਿੰਘ ਜੀ, ਭਾਈ ਜੈਤਾ ਜੀ, ਬਾਬਾ ਬੁੱਢਾ ਜੀ। ਸਹੀ ਜਵਾਬ ਹੈ ਏ। ਬਾਬਾ ਦੀਪ ਸਿੰਘ ਜੀ ਨੇ ਕਿਸ ਨੂੰ ਮਾਰ ਕੇ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲਿਆ ਸੀ? ਅਕਬਰ, ਵਜ਼ੀਰ ਖਾਨ, ਗੰਗੂ ਰਾਮ। ਸਹੀ ਜਵਾਬ ਹੈ ਬੀ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬੁਲਾਵੇ ਤੇ ਬਾਬਾ ਦੀਪ ਸਿੰਘ ਜੀ ਕਦੋਂ ਖਾਲਸਾ ਯੋਧਿਆਂ ਵਿੱਚ ਸ਼ਾਮਲ ਹੋਣ ਲਈ ਗਏ? 1704, 1699, 1702। ਸਹੀ ਜਵਾਬ ਹੈ ਏ। ਬਾਬਾ ਦੀਪ ਸਿੰਘ ਜੀ ਕਦੋਂ ਸ਼ਹੀਦ ਹੋਏ? 13 ਨਵੰਬਰ 1753, 15 ਨਵੰਬਰ 1756, 13 ਦਸੰਬਰ 1758। ਸਹੀ ਜਵਾਬ ਹੈ ਏ। ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।